ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। 1.5 ਕਰੋੜ ਦੀ ਹੈਰਨ ਸਮੇਤ 2 ਵਿਅਕਤੀ ਕਾਬੂ, 1 ਭੱਜਣ ਵਿੱਚ ਕਾਮਯਾਬ। ਥਾਣਾ ਖਾਲੜਾ ਦੀ ਪੁਲਿਸ ਵੱਲੋਂ 2 ਵਿਅਕਤੀਆਂ ਨੂੰ 300 ਗ੍ਰਾਮ ਹੈਰਨ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਦਕਿ 1 ਵਿਅਕਤੀ ਪੁਲਿਸ ਪਾਰਟੀ ਨੂੰ ਚਕਮਾ ਦੇ ਕੇ ਭੱਜ ਗਿਆ। SHO ਹਰਪ੍ਰੀਤ ਸਿੰਘ ਵਿਰਕ ਨੇ ਦੱਸਿਆ ਕਿ SI ਅਮਰੀਕ ਸਿੰਘ ਨੇ ਸਮੇਤ ਪੁਲਿਸ ਪਾਰਟੀ ਟੀ ਪੁਆਇੰਟ ਭੈਣੀ ਮੱਸਾ ਸਿੰਘ 'ਤੇ ਨਾਕਾਬੰਦੀ ਕੀਤੀ ਹੋਈ ਸੀ ਕਿ ਭੈਣੀ ਮੱਸਾ ਸਿੰਘ ਵਾਲੇ ਪਾਸਿਓਂ ਹੀਰੋ ਹਾਂਡਾ ਮੋਟਰਸਾਈਕਲ ਰੰਗ ਕਾਲਾ, ਜਿਸ 'ਤੇ 3 ਨੌਜਵਾਨ ਸਵਾਰ ਸਨ, ਆਉਂਦਾ ਦਿਖਾਈ ਦਿੱਤਾ, ਜੋ ਕਿ ਪੁਲਿਸ ਪਾਰਟੀ ਨੂੰ ਚੈਕਿੰਗ ਕਰਦਿਆਂ ਵੇਖ ਕੇ ਪਿੱਛੇ ਮੁੜਨ ਲੱਗੇ ਤਾਂ ਮੋਟਰਸਾਈਕਲ ਡੋਲਣ ਕਰਕੇ ਡਿੱਗ ਪਿਆ ਅਤੇ 1 ਮੋਟਰਸਾਈਕਲ ਚਾਲਕ ਤੇਜ਼ੀ ਨਾਲ ਉੱਠ ਕੇ ਭੱਜ ਗਿਆ ਅਤੇ ਪੁਲਿਸ ਪਾਰਟੀ ਨੇ ਬਾਕੀ 2 ਨੌਜਵਾਨਾਂ ਨੂੰ ਫੜ ਕੇ ਜਦੋਂ ਉਹਨਾਂ ਦੀ ਤਲਾਸ਼ੀ ਲਈ ਤਾਂ ਉਹਨਾਂ ਪਾਸਿਓਂ 300 ਗ੍ਰਾਮ ਹੈਰੋਇਨ ਬਰਾਮਦ ਹੋਈ। ਫੜੇ ਗਏ ਵਿਅਕਤੀਆਂ ਦੀ ਪਛਾਣ ਰਮਨ ਉਰਫ ਲੱਡੂ ਪੁੱਤਰ ਸੁਖਬੀਰ ਸਿੰਘ ਅਤੇ ਸੰਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀਅਨ ਬਾਸਰ ਕੇ ਵਜੋਂ ਹੋਈ। ਫੜੇ ਗਏ ਨੌਜਵਾਨਾਂ ਨੇ ਦੱਸਿਆ ਕਿ ਭੱਜਣ ਵਾਲਾ ਨੌਜਵਾਨ ਬਲਰਾਜ ਸਿੰਘ ਉਰਫ ਬਾਊ ਪੁੱਤਰ ਸਾਲ ਸਿੰਘ ਵਾਸੀ ਪਿੰਡ ਵਾਂਤਾਰਾ ਸਿੰਘ ਸੀ। ਉਹਨਾਂ ਦੱਸਿਆ ਕਿ ਬਲਰਾਜ ਸਿੰਘ ਕੋਲੋਂ ਹੈਰੋਇਨ ਲੈਣ ਗਏ ਸੀ, ਜੋ ਕਿ ਸਾਨੂੰ ਹੈਰੋਇਨ ਦੇ ਕੇ ਖੁਦ ਭਿੱਖੀ ਵੰਡ ਛੱਡਣ ਜਾ ਰਿਹਾ ਸੀ। ਥਾਣਾ ਖਾਲੜਾ ਦੀ ਪੁਲਿਸ ਵੱਲੋਂ ਵਿਅਕਤੀਆਂ ਵਿਰੁੱਧ NDPC ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੱਜ ਸਬ ਇੰਸਪੈਕਟਰ ਅਮਰੀਕ ਸਿੰਘ ਨੇ ਪੁਲਿਸ ਪਾਰਟੀ ਦੇ ਨਾਲ ਮਾੜੀ ਉਦੋਗ ਟੀ ਪੁਆਇੰਟ 'ਤੇ ਨਾਕਾ ਲਾਈ, ਜਿੱਥੋਂ ਕਿ ਇਹ ਬੰਦੇ ਰਮਨ, ਸੰਦੀਪ ਅਤੇ ਬਲਰਾਜ ਸਿੰਘ 3 ਜਣੇ ਆ ਰਹੇ ਸੀ। ਜਦੋਂ ਇਹਨਾਂ ਨੂੰ ਰੋਕ ਕੇ ਚੈਕਿੰਗ ਕੀਤੀ ਗਈ ਆ ਅਤੇ ਇਹਨਾਂ ਦੇ ਮੋਟਰਸਾਈਕਲ ਦੇ ਵਿੱਚੋਂ ਆਪਣੇ 300 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ। ਉਹਦੇ ਵਿੱਚ ਫਿਰ ਜਿਹੜਾ ਬਲਰਾਜ ਸਿੰਘ ਜਦੋਂ ਮੌਕੇ ਤੋਂ ਪਹਿਲਾਂ ਭੱਜ ਗਿਆ, ਉੱਧਰ ਤੱਕ ਹੁੰਦਾ ਅਤੇ ਇਹ 2 ਬੰਦੇ ਮੌਕੇ 'ਤੇ ਕਾਬੂ ਕਰਕੇ ਇਹਨਾਂ ਦੇ ਬਾਅਦ FIR ਦਰਜ ਕੀਤੀ ਹੈ। ਇਹਨਾਂ ਤੋਂ ਪੁੱਛਗਿੱਛ ਚੱਲ ਰਹੀ ਆ, ਕੁਝ ਫਿਰ ਇਹਨਾਂ ਦਾ ਰਿਮਾਂਡ ਲੈ ਕੇ ਵੀ ਕਰਦੇ ਆ, ਗਾਂਹ ਵਾਲੇ ਬੰਦਿਆਂ ਕੋਲ ਲਿਆਉਂਦੇ ਉਹਨਾਂ ਦਾ, ਫਿਰ ਕਰਕੇ ਮਾਮਲੇ ਤੱਕ ਜਾਣਾ ਚਾਹੀਦਾ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।